Hey, talk about that, you're a cut us out. Ah, no. Right, one check, right? But the cup is here down later. Where I go. ਕਿਵੇਂ ਵਿਛੜਿਆ ਵਾ ਤਾਂ ਸੰਗਤ ਨਾਲ ਅਸਲਾਮ ਵਾਲੇਕੁਮ, ਮੈਂ ਹਾਂ ਸ਼ਾਹਿਦ ਖਾਨ, ਤੁਸੀਂ ਮੇਰੇ ਪਿਓ ਯੂਟਿਊਬ ਚੈਨਲ ਸ਼ਾਹਿਦ ਅਲਮਾਨ ਨੇ ਵੇਲਾ ਜਿਹਦਾ ਸੁਬਹ ਸੁਬਹ ਦਾ ਹੀ ਟਾਈਮ ਹੈ ਅਤੇ ਅੱਜ ਮੈਂ ਆਖਿਆ ਸੁਬਹ ਸੁਬਹ ਵਲੌਗ ਸ਼ੁਰੂ ਕਰ ਦੇਈਏ ਵੀਵਰਾਂ ਨਾਲ, ਸਾਰੇ ਜੋ ਅੱਜ ਰੂਟੀਨ ਨੇ ਸ਼ੇਅਰ ਕਰਨੇ ਆ ਅਤੇ ਸੂਰਜ ਤੁਸੀਂ ਸਾਨੂੰ ਵੀਵਰ ਵੇਖ ਸਕਦੇ ਹੋ, ਅੱਜ ਤਾਂ ਉਭਰੇ ਕੋਈ ਨਹੀਂ ਤਕਰੀਬਨ ਉਭਰਨ ਵਾਲਾ, ਸਾਨੂੰ ਪੀਲਾ ਪੀਲਾ ਮਹਿਸੂਸ ਹੁੰਦਾ ਪਿਓ ਸੀ। ਅੱਛਾ ਵੀਵਰ, ਅੱਜ ਦੀ ਵੀਡੀਓ ਬਹੁਤ ਹੀ ਮਦਦ ਦੀ ਹੋਣ ਵਾਲੀ ਹੈ, ਜਿਹੜੇ ਦੋਸਤ ਨਵੇਂ ਹੋ ਚੈਨਲ 'ਤੇ ਸਬਸਕ੍ਰਾਈਬ ਕਰੋ ਅਤੇ ਵਾਚ ਟਾਈਮ ਸਾਡਾ ਥੋੜ੍ਹਾ ਜਿਹਾ ਖੁੱਟ ਗਿਆ ਉਹ ਪੂਰਾ ਕਰਾਇਓ, ਸਬਸਕ੍ਰਾਈਬਰ ਅਲਹਮਦੁਲਿਲਾ ਸਾਡੇ ਪੂਰੇ ਹੋ ਗਏ ਹਨ। ਅਤੇ ਅੱਜ ਥਲ ਲੈਣਾ ਸੀ ਕੰਮ 'ਤੇ, ਘਰ ਜਾੜੀਆਂ ਵਗੈਰਾ ਡਾ ਆਇਆ ਸੀ, ਤੁਹਾਨੂੰ ਸਾਰਾ ਮਾਹੌਲ ਥਲ ਦਾ ਵੇਖੀ ਸਾਂ, ਵੀਡੀਓ ਦੇ ਨਾਲ ਨਾਲ ਰਹਿਣਾ, ਵੀਡੀਓ ਅੱਜ ਬੜੀ ਮਦਦ ਦੀ ਹੋਣ ਵਾਲੀ ਹੁੰਦਾ। ਅਤੇ ਮੌਸਮ ਦਾ ਤੁਹਾਨੂੰ ਅੱਜ ਹਾਲ ਦੇਵਾਂ, ਮੌਸਮ ਤੁਸੀਂ ਵੇਖ ਸਕਦੇ ਹੋ ਵੀ ਪਰ ਅਸਮਾਨ 'ਤੇ ਬੱਦਲ ਵਗੈਰਾ ਆਏ ਹੋਏ ਅਤੇ ਸੁਬਹ ਸੁਬਹ ਹਵਾ ਹੀ ਚੱਲੀ ਹੋਈ ਹੈ, ਮੌਸਮ ਅੱਜ ਮਲੂਮ ਹੁੰਦਾ ਕਾਫੀ ਅੱਛਾ ਹੈ, ਦੁਆ ਕਰੋ ਹਵਾ ਸ਼ਵਾ ਚੱਲੀ ਰਹੇ। ਅਤੇ ਵੀਰ ਤੁਹਾਡੇ ਨਾਲ ਇੱਕ ਗੱਲ ਵੀ ਕਰਨੀ ਆ, ਇਹ ਗੱਲ ਕਰਨੀ ਹੈ ਜ਼ਰੂਰੀ ਹੈ, ਕਿਉਂਕਿ ਜਿਹੜੇ ਵੀਰ ਸਾਡੀ ਵੀਡੀਓ ਭੇਜਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਕਿਹੜਾ ਅਸੀਂ ਕੰਮ ਕਰਨੇ ਆ। ਕੰਮ ਵੀਰ ਸਾਡਾ ਹੈ, ਤੁਸੀਂ ਅੱਗੇ ਵੇਖਦੇ ਹੋ ਮੇਰੀ ਵੀਡੀਓ ਲੱਕੜ ਦਾ, ਅਤੇ ਤੁਹਾਨੂੰ ਅਸਾਂ ਕਟਾਈ ਵਗੈਰਾ ਦੀ ਵੀਡੀਓ ਦਿਖਾਈਨੇ ਆ, ਨਾਲ ਨਾਲ ਜਿਹੜੇ ਇਲਾਕੇ 'ਚ ਕੀ ਆ ਉਸ ਇਲਾਕੇ ਦੀ ਵੀਡੀਓ, ਅਤੇ ਜਿਵੇਂ ਜਿਵੇਂ ਸਾਨੂੰ ਮਸਲਨ ਸਾਰੇ ਮੌਕਾ ਜਾਂ ਮਾਹੌਲ ਵਗੈਰਾ ਮਿਲਦਾ, ਸਾਡੀ ਕੋਸ਼ਿਸ਼ ਇਹ ਹੁੰਦੀ ਕਿ ਅਸੀਂ ਵੀਰ ਨਾਲ ਜ਼ਰੂਰ ਸ਼ੇਅਰ ਕਰੀਏ, ਅਤੇ ਤੁਹਾਡੇ ਵਾਸਤੇ ਅਸਾਂ ਮਜ਼ੀਦ ਹੀ ਅੱਛਾ ਅੱਛਾ ਵਲੌਗ ਲੈ ਕੇ ਅਸਾਂ। ਅੱਛਾ ਵੀਰ, ਟਾਈਮ 6 ਦਾ ਹੋ ਚੁੱਕਾ, ਸੂਰਜ ਦੇ ਸਾਈਡ ਤੋਂ ਤੁਸੀਂ ਵੇਖ ਸਕਦੇ ਬਿਲਕੁਲ ਹੁਣ ਨਿਕਲ ਆਇਆ ਹੈ। ਦੇਖੋ ਬੰਦਿਆਂ ਨੂੰ ਆ ਕੇ ਹੋਇਆ ਇਹ ਫੋਨ ਸ਼ੋਨ ਮੈਂ ਕਰਨ ਦੱਸਣਾ, ਹੁਣ ਵਾਹ ਵਜਨ ਅਤੇ ਕੰਮ ਤਿਆਗ ਵਜਨੇ ਆ। ਮੈਡਮ ਦੋ ਬੰਦੇ ਜਨਾਬ ਪਹੁੰਚ ਚੁੱਕੇ ਨੇ, ਸ਼ਾਕਰ ਕੀ ਆਦਾ ਹੈ? ਅੱਛਾ ਵੀ ਵਾਰ ਮੈਂ ਨਾ ਟਰੈਕਟਰ ਦੇ ਆਸ ਲੇਕਿਨ ਮੋਟਰਸਾਈਕਲ ਹੁਣ ਘਾੜ ਲਈ ਸੀ, ਕਿਉਂਕਿ ਬੰਦੇ ਆਏ ਥੋੜ੍ਹੇ, ਆ ਜੁੰਮਾ ਆਏ ਬੰਦੇ ਕੋਈ ਗੁੱਸਾ ਗਏ, ਜੁੰਮੇ ਨੂੰ ਛੁੱਟੀ ਤਾਂ ਕਰਨੀ ਚਾਹੀਦੀ ਲੇਕਿਨ ਕੋਈ ਮਜਬੂਰੀ ਆਈ ਮੈਣਾ ਪਾਉਂਦਾ ਹੈ। ਅਸਾਂ ਕਿਹਾ ਚਲੋ ਕੋਈ ਮਾਠਾ ਠਾੜਾ ਕੰਮ ਕਰੇਨੇ ਆ। ਅੱਛਾ ਜੁੰਮਾ ਪੜ ਦੋ ਨਾ, ਚਲੋ ਮੋਟਰਸਾਈਕਲ ਤੋਂ ਇੰਜੋਏ ਤੁਹਾਨੂੰ ਕਰਾਏ ਨਾ, ਮੋਟਰਸਾਈਕਲ ਦਾ ਆਇਆ ਵੱਡਾ ਪਰਾਈਡਰ ਕਾਲ ਰਿਹਾ ਇਸੇ ਅਦ ਗਈ ਆ ਕਾਲ ਜੇ ਦਾ ਸਵਾਦ ਆਈ ਉਹ ਕਿਤਨਾ ਕਮਾਲ ਦਾ ਠੱਪੀ ਆ ਗਿਆ ਮਾਲ ਦੇ ਦੇ ਕਮਾਲ ਦਾ ਠੱਪੀ ਆ ਲੱਗਿਆ ਇਹ ਕਮਾਲ ਜਾ ਰਿਹਾ ਕਾਲ ਕਪੜਾ ਦਾ ਨਾਲ ਸਫਾ ਲਾ ਕੇ ਸੰਗ ਹੈ ਇੱਕ ਚੱਕਰ ਕਰ ਸਾਂ ਢਾਲੀ ਢਾਲੀ ਦਾ ਕਾਲੀ ਢਾਲੀ ਦਾ ਆਇਆ ਨਾ ਕਾਲ ਦਾ ਮਾਹੌਲ ਹੈ ਨਾ ਡੀਜ਼ਲ ਮਹਿੰਗਾ। ਕੋਟ ਬਾਦਰ ਜਨਾਬ ਪਹੁੰਚ ਚੁੱਕੇ ਹਾਂ, ਕੋਟ ਬਾਦਰ ਦਾ ਮਾਹੌਲ ਕੁਝ ਤੁਸੀਂ ਵੇਖ ਸਕਦੇ ਹੋ। ਅੱਛਾ ਹੁਣ ਜਨਾਬ ਕਾਰਪੋਰੇਟ ਰੋਡ 'ਤੇ ਚੜ੍ਹ ਗਏ ਹਾਂ, ਅਸਾਂ ਮਹਿਣਾ ਡਬਲ ਵਾਣੇ ਵਾਲੀ ਸਾਈਡ 'ਤੇ
ਇਸ ਰੋਡ ਤੇ ਅਕਸਰ ਵੀਡੀਓ ਲਗਾਈ ਕਰ ਰਹੇ ਨੇ ਚੈਨਲ ਤੇ। ਰੋਡ ਬੜਾ ਮਾਸ਼ਾਅੱਲਾ ਖੂਬਸੂਰਤ ਹੈ, ਜੰਪ ਵਗੈਰਾ ਬਿਲਕੁਲ ਕੋਈ ਨਹੀਂ। ਦੋਨਾਂ ਸਾਈਡਾਂ ਤੇ ਦਾਂਦ ਖੜੇ ਹੋਏ ਆ। ਆਲੂ ਪਟੇ ਨਾ ਹਲ ਹਲੇ ਇਹਦੇ ਤੇ ਬੜੇ ਆ। ਇਹ ਸਾਈਡ ਤੇ ਆਲੂ ਦੀ ਵੀ ਹੋਰ ਕਟਾਈ ਹੋ ਰਹੀ ਹੈ। ਸਾਲ ਸਮਾਜਾਂ ਦਾ ਸਿੱਖਾ ਵੀ ਬੜਾ ਲੱਗਦਾ ਹੈ। ਦੇਖੋ ਪਟਾ ਬਣਾ ਰਹੇ ਬੋਤਲਾਂ ਵਾਲੀ ਗੱਡੀ ਨੇ। ਹਾਂ ਖਰਾਬ ਵੀ ਹੋਈ ਖਾਲੀ ਹੈ। ਵੀਵਰ ਜਾ ਰਹੀ ਹੈ, ਵੇਖ ਸਕਦੇ ਹੋ ਭੀੜ ਦੀ ਚੈੱਕ ਕਰੋ, ਬੜੀ ਪਿਆਰੀ ਹੈ। ਭੈਣਾਂ ਜਨਾ ਪਹੁੰਚੇ ਹਨ ਨਾਰਥ। ਭੈਣਾਂ ਜਨਾ ਸਾਲ ਅਸਾਂ ਪਹੁੰਚਣ ਵਾਲੇ ਹਾਂ। ਕੋਈ ਰੇਟ ਕੋਈ ਨਹੀਂ ਭੈਣਾਂ ਜਨਾਬ, ਥੱਲ ਇਸ ਟਾਈਮ ਪਹੁੰਚ ਚੁੱਕੇ ਹਾਂ। ਇੱਥੇ ਮੋਟਰਸਾਈਕਲ ਚਲਾਉਣਾ ਥੋੜ੍ਹਾ ਮੁਸ਼ਕਿਲ ਹੁੰਦਾ, ਤਲੂਆਂ ਦਾ ਬਿਲਕੁਲ ਰੇਤਾ। ਦਰਦਾ ਤਾਂ ਨਹੀਂ ਬੈਠਾ? ਟਿੱਬੇ ਵਗੈਰਾ ਚੈੱਕ ਕਰ ਸਕਦੇ, ਬੜੇ ਉੱਚੇ ਉੱਚੇ ਟਿੱਬੇ ਪਏ। ਪਹਿਲਾਂ ਜਨਾਬ ਪਹੁੰਚ ਆਇਆ ਜਿੱਥੇ ਕੰਮ ਸ਼ਾਮ ਕਰਨ ਵਾਸਤੇ, ਅਤੇ ਬੂਟੇ ਵਗੈਰਾ ਕੋਈ ਡੱਠੇ ਛੱਠੇ ਪਏ ਨਾ, ਵੇਖ ਸਕਦੇ ਹੋ ਕਿਉਂਕਿ ਘਰ ਕੋਈ ਬੰਦੇ ਪਟਾਈ 'ਤੇ ਆਏ ਹੋਏ ਹਨ। ਡਾਲ ਦੀ ਗਹਿਰਾਈ ਤੁਹਾਨੂੰ ਚੈੱਕ ਕਰਾਂ, ਬੜੀ ਕਾਫੀ ਜ਼ਿਆਦਾ ਆਉਂਦੀ ਇੱਥੇ ਗਹਿਰਾ ਗਿਆ। ਤਕਰੀਬਨ 50-60 ਫੁੱਟ ਗਹਿਰਾਈ ਹੈ, ਵੇਖ ਸਕਦੇ ਹੋ। ਦੋ ਪੋਲ ਲੱਗੀ ਹੋਈ ਪਲੇਟਾਂ ਦੇ, ਤੁਹਾਨੂੰ ਚੈੱਕ ਕਰਾਂ। ਇੱਕ ਐ ਲੱਗ ਹੋਇਆ, ਇੱਕ ਉਹ ਲੱਗ ਹੋਇਆ। ਦਾਂਦ ਵੀ ਵਾਰ ਤੁਹਾਨੂੰ ਚੈੱਕ ਕਰਾਂ, ਬੜਾ ਪਿਆਰਾ ਜੀ ਆ। ਇਹ ਚੈੱਕ ਰੇੜੀ ਵਗੈਰਾ ਖਾਲੀ ਹੈ, ਇਸ ਤੋਂ ਭੱਠੇ ਛੱਠੇ ਦਾਂਦ 'ਤੇ ਲੈ ਕੇ ਜਾ ਰਹੇ। ਕੁਝ ਇਸ ਲਾਈਨ 'ਤੇ ਬੂਟੇ ਹਨ, ਇਹ ਕੋਈ ਡੱਠੇ ਛੱਠੇ ਪਏ। ਰਿਆਜ਼ ਖਾਨ ਉਜ਼ਾਰ ਵਗੈਰਾ ਚਾ ਕੇ ਆ ਚੁੱਕਾ, ਤੁਹਾਡੇ ਤੇਜ਼ ਕਰ ਗਿਆ। ਹੋਰ ਰਿਆਜ਼ ਖਾਨ ਠੀਕ ਹੈ? ਠੀਕ ਹਾਂ, ਸ਼ੁਕਰ ਹੈ ਜੀ। ਫਿੱਟ ਹੈ? ਮੌਸਮ ਵੀ ਸੁਣਿਆ, ਮੌਸਮ ਦਾ ਗਰਮ ਸਰ ਤੇ ਹਰਾਣੀ ਦਾ ਬੱਚੇ ਕਰਵਾ। ਹਵਾ ਸ਼ਵਾ ਚੱਲ ਰਹੀ ਹੋਈ? ਹਵਾ ਚੱਲ ਰਹੀ ਹੋਈ ਤੇ ਬਸ ਅੱਲਾ ਕਰੇ ਹਵਾ ਹੀ ਕਾਫੀ ਸਨ। ਦੋ ਬੰਦੇ ਕਾ ਪਟਾਈ ਕਰਾਂ, ਦੋ ਬੰਦੇ ਪਿੱਛੇ ਛੰਗਾਈ ਕਰਾਂ, ਇੰਨੇ ਨਾ ਕਰੀ। ਇੰਨੇ ਕਰੋ, ਇੰਨੇ ਕਰੋ, ਮਾਲ ਦੇ ਮੁਕਾਮਨਾ ਕੋਸ਼ਿਸ਼ ਹੈ, ਮਾਲ ਮੁੱਕੇ ਸਾਡੇ ਬਸ। ਮਾਲ ਦਾ ਖੈਰ ਕਰ ਜਾਪ ਲੈਨੇ ਆ ਅੱਲਾ ਕਾ। ਇਹ ਤੋਂ ਟਿੰਡੇ ਲੱਗੇ ਹੋਏ ਨੇ ਪਿੱਛੋਂ? ਇਹ ਟਿੰਡੇ ਆ, ਖਤਮ ਹੋਏ ਸਨ। ਮੈਂ ਹੁਣ ਖਤਮ ਯਾਦ ਮੱਕ ਗਏ ਨੇ।
ਇਹਨਾਂ ਨੂੰ ਖਾਡੇ ਵਗੈਰਾ ਲਾ ਦਿੱਤੇ ਸਹੀ ਟਾਲੇ ਨੂੰ। ਰਿਆਜ਼ ਖਾਨ ਗੱਲ ਲਾ ਚੁੱਕਾ, ਇੱਕ ਟਾਲੀ ਸੱਟ ਲਾਈ ਸੂ। ਰਿਆਜ਼ ਖਾਨ ਬੜਾ ਤਿੱਖਾ ਕਟੇਰਾ। ਹਾਂ ਰਿਆਜ਼ ਓਏ ਬੜੀਆ ਫੜਕਾ ਆਏ ਬਾਈ ਨਾ। ਉਹ ਤੂੰ ਲੜੀ ਵਾਲਾ ਇਹਦੀ ਕੱਪ ਦਾ। ਵਾਹ ਰਿਆਜ਼ ਵਾਹ, ਸੌਖੀ ਪਟਾਈ ਆ ਉੱਕੀ ਹੈ ਸਾਈਡ ਤੇ ਚਾਰ ਹਜ਼ਾਰ ਬੈਡਾਂ ਬੱਕਰੀਆਂ ਚੈੱਕ ਕਰੋ। ਪਾਉਂਦੇ ਸੀ ਗੜੇ ਹੋਏ ਟਿੰਡੇ, ਲੇਕਿਨ ਟਿੰਡੇ ਹੁਣ ਖਤਮ ਹੋ ਚੁੱਕੇ ਨੇ। ਪਾਣੀ ਤੇ ਔਖੇ ਆ ਬਾਬਾ, ਥਲ ਪਹਿਲੇ ਔਖਾ ਹੀ ਪਲੇਟੇ ਵਜੇ ਸੌਖੋ ਹੈ ਥਲ। ਇੱਥੇ ਤਾਂ ਮੋੜੀ ਆ ਬਾਦੀ ਸ਼ਬਾਦੀ ਹੈ ਜਿਹੜਾ ਅੱਗੇ ਇਹਦੇ ਥਾਲ ਛਾਲ। ਛੋੜ ਤੇ ਨੀ ਅੱਛਾ ਬੇੜੇ ਚੋਖੀ ਨੀ ਪਤਾ ਬਸ ਇਹਨੂੰ ਬੱਕਰੀਆਂ ਨਸ਼ਾ ਕਿਸੇ ਦੇ ਚੂਹਾ ਕਾਂਦਰਾਂ ਦੇ ਨਹੀਂ ਲਾਏ ਜੋ ਨਹੀਂ ਆ ਚੂਹਾ ਕਾਂਦਰਾਂ ਦੇ ਨਹੀਂ ਹਾਰ ਲੈ ਰਾਂ ਦੇ ਗੰਦੀ ਗਾ ਉਹ ਨਾ ਇਸ ਤਰ੍ਹਾਂ ਦਾ ਇਹ ਕਿੰਨੇ ਦੀ ਆ ਕੁਰੇਸ਼ੇ ਕੋਲ ਰਹੀਏ ਇਹ ਰਹੀਏ ਕੁਰੇਸ਼ੇ ਕੋਲ ਪੁੱਛ ਲੈ ਰਿਆਜ਼ ਹਾਂ ਬੜੇ ਪਾਣੀ ਲਈ ਆਦਾਂ ਤੇ ਕੋਈ ਪੀਵਣ ਦਾ ਹੈ ਵਿੱਚ ਹੂੰ ਬਰਨ ਨਹੀਂ ਪੀ ਲਿਖਾ ਮੈਂ ਥੱਡ ਥੱਡ ਆਉਂਦਾ ਵਿੱਚ ਇਹ ਬਹੁਤਾ ਚੈੱਕ ਕਰੋ ਇਹ ਉੱਤੂ ਰਸ ਕਈ ਚਾਲੀ ਬਣਾ ਜਰਸੀ ਦੇ ਕਿਸ ਕਾਣ ਆਉਂਦੀ ਹੈ ਪਾਣੀ ਥੱਪਦਾ ਨਹੀਂ ਇਹਦੇ ਨਾਲ ਬੜਾ ਕੁਲੀਆ ਲੜਾਈ ਬਣਾ ਇਹਨੂੰ ਘਾਹ ਚ ਪਾ ਲਈ ਬਲਣ ਵੇਂਦਾ ਪਿਆ ਹੁਣ ਇਕਬਾਲ ਉਹ ਹੁਣ ਕੋਈ ਜਲੈਂਦਾ ਪਿਆ ਚਾਰਾ ਮਾਰਾ ਅੱਛਾ ਕਿਤਨੀ ਇੱਕ ਦੇਰ ਛੇੜਦੇ ਹੋਏ ਕਿਤਨੀ ਦੇਰ ਤਾਈ ਦੀ ਗਰੇ ਲਵਾ ਗਵਾਈ ਸੋ ਸੁਬੋ ਆਏ ਕਹਿ ਲਿਆ ਅੱਛਾ ਇੰਨੀ ਗੱਲ ਇਹ ਚੁੱਕ ਬਣਨ ਦਾ ਜੋੜ ਇਕੱਠਾ ਸਾਰਿਆਂ ਦਾ ਅੱਠਦਾ ਇਹ ਸੀ ਵਾਲੇ ਬੰਦੇ ਹੱਥੋਂ ਹਲਾ ਕੇ ਤੂੰ ਤਾਂ ਮੋੜੇ ਟੁਰਦਾ ਫਿਰਦਾ ਬੰਦਾ ਜਿਹੜੀ ਨਾ ਹਵਾ ਅੱਲਾ ਦੀ ਇਹ ਹਵਾ ਦੇ ਇਤਨੀ ਬਰਕਤ ਹੈ ਇਤਨੀ ਤਾਕਤ ਹੈ ਬੰਦੇ ਹਵਾ ਉਡਾ ਹੀ ਲੈਂਦੀ ਤੇ ਜਿਹੜੀ ਏ ਸੀ ਵਾਲੀ ਉਹਦੀ ਐਸੀ ਗੰਦੀ ਹਵਾ ਹੈ ਉਹ ਤੋਂ ਬੰਦੇ ਨੂੰ ਕੁਦਰੂ ਕੀਤੀ ਬੜਾ ਚਾਹ ਇਕਬਾਲ ਪਹਿਲੇ ਪਹਿਲੇ ਬੜੇ ਨੇ ਬਹਾਏ ਉਹ ਅੱਜ ਬੜਿਆ ਬਜ਼ੁਰਗ ਹੋ ਗਿਆ
ਉਸ ਵਡੇਰੇ ਨੂੰ 90 ਸਾਲ ਦਾ? ਅੱਛਾ, ਤਰਕੜਾ ਵਾਲਾ ਹਾਲ ਦਾ ਟਿੰਡੇ ਸਾਰੇ ਗੱਡੇ ਹੋਏ, ਟਿੰਡੇ ਅੱਗੇ ਖਤਮ ਹੋ ਚੁੱਕੇ ਹਨ। ਹੁਣ ਬੀਜ ਵਾਸਤੇ ਟਿੰਡੇ ਵਗੈਰਾ ਗੋਲ ਰਹੇ, ਤੁਹਾਨੂੰ ਚੈੱਕ ਕਰਾਂ ਟਿੰਡੇ ਕੀ ਹੋ ਜਾਣ। ਬੀਜ ਬੀਜ ਟਿੰਡੇ ਖਾਂਦਾ ਪਤਾ, ਪੱਕੇ ਨੇ ਕੱਚੇ ਨੇ, ਸੁੱਕਣੇ ਤੱਕ ਸਹੀ ਨਾਲ ਕਾਪਕੇ ਬੀਜ ਕਾਟ ਕੇ ਸੁੱਕਣੇ। ਮੁੜਾ ਨੇ ਸਾਲ ਗੜੀ ਪਈ ਸੀ, ਬੇਸਰੀ ਨਹੀਂ ਜਾਂਦੀ ਸੀ, ਘੱਲਾ ਮੰਡੀ ਲੋੜ ਪਾਓ ਸੀ ਉਦੋਂ ਨਹੀਂ। ਇਤਨੇ ਸਾਰਾ ਜੁਗਾ ਪਿਛਲਾ ਇਤਨਾ ਬੀਜ ਬਣਾਉਣਾ ਹੈ ਕਿ ਵਿਕਸੀ ਵਿਕਦਾ ਹੈ ਕੇ ਰੇ 2500 ਕਿਲੋ। ਅੱਛਾ, ਇਹ ਚੈੱਕ ਕਰੋ ਜਨਾਬ, ਕੋਈ ਗੱਟੂ ਵਿੱਚ ਪੈਣ ਤੇ ਕੋਈ ਟਿੰਡੇ ਪੈ ਬੀਜ ਦੇ। ਇਹ ਸਾਈਡ ਤੇ ਵੱਲੀ ਵਗੈਰਾ ਚੈੱਕ ਕਰ ਸਕਦੇ ਹੋ, ਇਹਨਾਂ ਤੇ ਕਾਫੀ ਟਿੰਡੇ ਲੱਗੇ ਪਏ। ਇਹ ਵੇਖੋ ਇੱਥੇ ਟਿੰਡਾ ਬੜਾ ਹੁੰਦਾ ਕਿਉਂਕਿ ਰਕਬਾ ਹੈ ਰੇਤਲਾ। ਟਿੰਡਿਆਂ ਨੇ ਦੁਆ ਕਿਤਨਾ ਕਿਲਾ ਇਸ ਲਈ ਨਿਕਲਿਆ, ਲੱਖ ਸਮੇਂ ਦਾ ਟਿੰਡਿਆਂ ਦਾ ਜ਼ਿਆਦਾ ਫਾਇਦਾ ਇੱਥੇ ਕਪਾਹ ਦਾ, ਹਰ ਸਾਲ ਗੜੇ ਹੁੰਦੇ ਕਿਲਾ ਬੜੇ ਪੈਸੇ ਬੈਠੇ ਦਾ। ਹੁਣ ਤਾਂ ਫਾਇਦਾ ਤੁਹਾਨੂੰ ਫਰੀ ਦਾ ਪਾਣੀ ਹੈ, ਖਰਚਾ ਇਹਨਾਂ ਦਾ ਕਿਤਨਾ ਹੋ ਜਾਂਦਾ? ਸਪਰੇ ਸਪਰੇ ਹੀ ਹੁੰਦਾ, ਗੋਲੀਆਂ ਛੋੜੀਆਂ ਤਾਂ ਕਰਦੇ ਹੋ? ਅੱਛਾ, ਪਾਣੀ ਉਨੇ ਫਰੀ ਦਾ ਪਲੇਟ ਆਉਂਦਾ ਜਨਾ, ਸਹੀ ਹੈ। ਅੱਛਾ ਵਾਹ, ਅਸੀਂ ਗੱਲਾਂ ਤੁਹਾਨੂੰ ਸੁਣੀਆਂ ਟਿੰਡੇ ਤਕਰੀਬਨ ਇਹ ਸਾਲ ਇਹਨਾਂ ਦਾ 1,23,20,000 ਫੀ ਕਿੱਲਾ ਨਿਕਲਿਆ। ਟਿੰਡੇ 'ਚ ਬੜੀ ਪ੍ਰਾਫਿਟ ਹੋ ਪੈਂਦੀ ਹੈ ਅਤੇ ਅਈਅੜ ਵਗੈਰਾ ਤੁਸੀਂ ਵੇਖ ਕੇ, ਇੱਥੋਂ ਦੇ ਲੋਕ ਮਿਹਨਤ ਕਾਸ਼ ਲੋਕ ਹਨ, ਅਈਅੜ ਨਾਲ ਨਾਲ ਵਾਈ ਟਿੰਡੇ ਕਪਾਹ ਇੱਥੋਂ ਦਾ ਸਾਰਾ ਮਾਹੌਲ ਤੁਸੀਂ ਵੇਖਿਆ। ਤੁਸੀਂ ਤਰੇ ਲੱਗ ਗਿਆ ਮੋੜ, ਵਿੱਚ ਮੋਟਰ ਚੱਲਦੀ ਪਈ ਹੈ, ਮੋੜ ਕੋਈ ਪਾਣੀ ਛਾਣੀ ਤੋਂ ਪੀਂਦੇ ਹਾਂ, ਕੋਈ ਸਾਹ ਛਾਏ ਲੈਂਦੇ ਹਾਂ। ਹੁਣ ਸੂਰਜ ਕਾਫੀ ਉੱਤੋਂ ਹਵੇ ਤਾਂ ਪਏ, ਉਸ ਤਪਸ਼ ਦਿੱਤੀ ਖਲਾ ਮੈਂ ਚੈੱਕ ਕਰੋ, ਹਵਾ ਸ਼ਵਾਈ ਅੱਗੇ ਨਾਲ ਕੁਝ ਹੁਣ ਰੁਕ ਛੁੱਕੇ ਖਲੀ ਜੀ, ਅਤੇ ਥਾਲ ਦੀ ਜ਼ਿੰਦਗੀ ਤੁਹਾਨੂੰ ਵਿਖਾਈਂਦੇ ਖਲੇ ਹਾਂ ਕਿ ਥਾਲ ਲਈ ਲੋਕ ਇਸ ਤਰ੍ਹਾਂ ਜ਼ਿੰਦਗੀ ਗੁਜ਼ਰਦੇ ਨੇ। ਪਿੱਛੇ ਜਿਹੜੀ ਫਸਲ ਵਗੈਰਾ ਇਹ ਗੱਡੇ ਪਈ ਗੁਆਰਾ, ਇਹ ਡੋਰ ਹੀ ਖਾਂਦੇ ਨੇ ਲੇਕਿਨ ਮਹਿੰਗਾ ਉਹ ਨਹੀਂ ਵਿਕਦਾ। ਪਿੱਛੇ ਜੇ ਤੁਹਾਡੀ ਨਵੀਰ ਵਹਿੰਦੇ ਨੇ ਸਾਈਡ, ਸਾਰਾ ਗੁਆਰੇ ਦੀ ਫਸਲ, ਇਹ ਸਾਈਡ 'ਤੇ ਪਾਣੀ ਜਿਹੜਾ ਲੱਗੋ ਹੋਇਆ ਕਪਾਹ ਦੀ ਫਸਲ ਨੂੰ, ਅਤੇ ਬਾਜਰਾ ਸ਼ਾਜਰਾ ਜੰਤਰ ਇੱਥੇ ਸਾਰਾ ਉਹ ਸਾਈਡ 'ਤੇ ਤੁਸੀਂ ਸਮੇਤ ਪਏ ਹੋ ਕਪਾਹ ਗੱਡੀ ਹੋਈ ਹੈ। ਦੂਰ ਦੂਰ ਤੋਂ ਜਿੱਥੇ ਟਿੱਬੇ ਵਗੈਰਾ ਹੈ ਬਾਜੀ, ਇੱਥੇ ਪਾਣੀ ਨਹੀਂ ਚੜ੍ਹਦਾ, ਉੱਥੇ ਚਨੇ ਵਗੈਰਾ ਦੀ ਫਸਲ ਗੱਡੇ ਹੁੰਦੇ ਨੇ। ਹੁਣ ਤਾਂ ਮੌਸਮ ਕਾਇ ਨੇ, ਚਨੇ ਵਗੈਰਾ ਕੱਟੇ ਚੁੱਕੇ ਨੇ, ਅਤੇ ਮੌਸਮ ਆਵਣ 'ਤੇ ਮੋੜੇ ਬਿਜਾਈ ਕਰੇ ਸਨ। ਹੁਣ ਪੀਂਦੇ ਹਾਂ ਪਾਣੀ। ਤੇਰੀਆਂ ਇੱਥੇ ਬੇੜਾਂ ਵਧੀਆ ਨੇ ਬੱਕਰੀਆਂ? ਥੋੜ੍ਹਾ ਜਿਹਾ ਉੱਚਾ ਬੋਲ, ਬੇੜਾਂ ਵਧੀਆ ਨੇ ਕਿ ਬੱਕਰੀਆਂ? ਕਿਤਨੀਆਂ ਬੱਕਰੀਆਂ ਲਈ ਪਤਾ? ਨਾ ਵੇਖ ਲਈਆਂ ਨੇ ਕਿ ਬਾਈ ਵਾਲੀਆਂ? ਅੱਛਾ, ਕੋਈ ਫਾਇਦਾ ਸ਼ਾਇਦਾ ਹੋ ਪੈਂਦਾ? ਕਿੱਥੇ ਭਾਰ ਉਹ ਦੁੱਧ ਤੇ ਰੁੱਲਣ? ਅੱਛਾ, ਇੱਥੇ ਸਕੂਲ ਸਕੂਲ ਹੀ ਕੋਲ ਨੇੜੇ ਲੱਗਦਾ ਨੇ?
ਕਿਹੜਾ ਸਕੂਲ ਲੱਗਦਾ ਨੇੜੇ? ਅੱਛਾ, ਕਿੰਨੇ ਕਿਲੋਮੀਟਰ ਤੇ ਪਿਆ? ਬਿਜਲੀ ਤਾਂ ਆਈ ਹੋਈ ਤੁਹਾਡੇ? ਖੰਭੇ ਖੰਭੇ ਲੱਗੇ ਹੋਏ? ਅੱਛਾ, ਤੇ ਤੁਹਾਨੂੰ ਅੱਡਾ ਕਿਹੜਾ ਨਜ਼ਦੀਕ ਲੱਗਦਾ? ਦੌਲਵਾਣਾ? ਹਾਂ ਬਾਬਾ, ਕਹਿਣ ਕੋ ਲੈਣਾ ਹੈ? ਹਾਂ ਇਹਦਾ ਇੰਜ ਹੋਰ ਠੀਕ ਹੈ, ਤਕੜਾ ਵਾ ਕਿਵੇਂ ਵਿਛੜਿਆ ਵਾ ਸੰਗਤ ਨਾਲ? ਹੋਰ ਇਸ ਸਾਈਡ ਤੇ ਕਪਾਹ ਦੀ ਫਸਲ ਤੁਸੀਂ ਵੇਖ ਸਕਦੇ ਹੋ, ਮਾਸ਼ਾ ਅੱਲਾ ਬੜੀ ਪਿਆਰੀ ਪਈ ਹੈ। ਆਹੋ ਗੁਲਾਮ ਸ਼ਬੀਰ, ਕੀ ਹਾਲ ਹੈ? ਬੜੀ ਮਿਹਨਤ ਕਰ ਰਹੀ ਹਾਂ। ਉਹ ਖੈਰ ਹੈ, ਕਿਸੇ ਨੂੰ ਪਾਣੀ ਲਾਈ ਖਾਣਾ? ਅੱਗਾ ਅੱਛਾ, ਕੱਸੀ ਖੱਟੀ ਹੋਈ ਘਾਹ ਨਾ? ਕਿੰਨੇ ਵਜੇ ਚੱਲ ਸਨ ਮੋਟਰ ਬੰਦ ਕਰੇ ਸਨ? ਚਾ ਯਾਰ ਕੌਣ ਪਿਆ ਅੱਛਾ ਵੀ ਟਾਈਮ ਤਕਰੀਬਨ ਇਸ ਟਾਈਮ ਹੋ ਗਿਆ ਤਰਾਏ ਤੇ, ਗਰਮੀ ਮੋੜ ਬੜੀ ਬਣ ਚੁੱਕੀ, ਰੋਟੀ ਛੋਟੀ ਖਾਧੀ ਸੀ, ਕੋਈ ਜੁੱਟੀ ਵਗੈਰਾ ਲਾ ਆਇਆ ਜਿਹੜੀ ਉਹ ਲੈਣ ਤੁਹਾਨੂੰ ਵਿਖਾਈ ਆਈ, ਉਹ ਤਾਂ ਕਹੀ ਏਡਾ ਹੈ, ਹੁਣ ਮੋੜ ਆਇਆ ਨਾ ਮੈਣ ਇੱਥੇ ਹਾਂ ਰਿਹਾ ਨਾ ਵੀ ਕਿਉਂਕਿ ਮੁੜ ਪਲੇਟਾਂ ਹੋ ਪੈਣੀਆਂ ਬੰਦ, ਅਸਾਂ ਕਿਹਾ ਚਲੋ ਕੋਈ ਨਾ ਲਵਾਂ ਪਾਣੀ ਖਾਣੀ ਪੀ ਲਵਾਂ, ਪਲੇਟਾਂ ਕਿਉਂਕਿ ਲੀਕ ਕਰਦਾ ਚੱਲ ਸਮਝਣਾ ਪਾਣੀ ਛੱਡਾ ਪੀਲਾ ਪੀਲਾ ਮੁੜ ਬੰਦ ਹੋ ਪੈਣੀਆਂ ਨੇ, ਅੱਜ ਸੁਹਾੜਾ ਹੀ ਬੜਾ ਮਾਰਿਆ ਗੱਲ ਲਾ ਕੇ ਅੱਜ ਕਿਤਨਾ ਵੀ ਗਥਰੇ ਭਰਿਆ ਛੇ ਕਨਾਲ, ਧੁੱਪ ਹੀ ਬੜੀ ਹੋਈ, ਹੁਣ ਸਾਰਾ ਮੁਕੰਮਲ ਭਰੇਗੀ। ਹੁਣ ਝਾਸੇ ਸਹੀ ਢੀ ਦਾ ਸੜ ਜਾਂਦੇ ਆ, ਪਲੇਟ ਨੀ ਫਾਇਦਾ ਇਹ ਨਾ।
ਵੀਰ ਪਲੇਟਾਂ ਜੱਟ ਬੰਦ ਕਰ ਛੋੜੀਆਂ, ਪਾਣੀ ਮੈਂ ਕੋਈ ਬਾਹਰ ਲਿਆ ਆ, ਮੈਂ ਚਲੋ ਪੀ ਤੇ ਰੱਖਦਾ ਕਿਉਂਕਿ ਨਲਕਾ ਇੱਥੇ ਕੋਈ ਨਹੀਂ, ਬੰਦ ਕਰ ਛੋੜੀਆਂ ਸੋ ਤਾਂ ਪੀ ਤੇ ਚਾਹ ਹੁਣ ਤੂੰ ਕਹਿੰਦਾ ਵੋ ਅਗਲਾ ਜੇ ਮੈਂ ਕਿਹਾ ਇੰਨੇ ਘਰ ਬਾਬੂ ਨੇ ਨਹੀਂ ਖਲੋਂਦਾ ਕੀ ਕਰਾਂ ਮੈਂ ਮੈਂ ਇਹ ਸੋਚ ਕੇ ਨਾ ਇੱਕ ਵਾਰੀ ਆਪਣੇ ਆਪ ਤਿਆਰ ਬਾਬੂ ਨਹੀਂ ਬੰਨੀ ਮੈਂ ਉਹ ਫਿਰ ਬੰਨੀ ਅੱਲਾ ਮਬਾ ਨਹੀਂ ਹੈ ਲਾੜ ਕੇ ਹੇਲ ਗਿਆ ਚਲ ਹੇਲ ਗਿਆ ਮੈਂ ਟੋਣਾ ਕਰ ਲੈਂਦਾ ਉਹ ਟੋਣਾ ਮੇਰੇ ਕੋਲ ਤੇਰੇ ਕੋਲ ਨਹੀਂ ਤੂੰ ਅਕਬਰ ਨੂੰ ਸਾੜ ਦੇ ਉਸੇ ਅੰਕਲ ਲਹਾ ਜੋ ਅਕਬਰ ਦੇ ਵਾਸਤੇ ਰੋਗ ਨਹੀਂ ਇਹ ਕਿ ਨੁਕਸਾਨ ਦਾ ਮਾਕੀ ਮਨ ਨੁਕਸਾਨ ਦਾ ਮਨ ਵਾਲ ਲੰਬਾ ਹੈ ਜਿੱਥੇ ਬੈਠਾ ਉਸ ਆਜਾ ਕੋਲਾ ਆ ਸਕਦਾ ਨਾ ਮੇਰੇ ਘਾਟ ਤੇ ਬਹੁ ਉੱਤਾ ਬੈਠਾ ਜੀ ਮੇਰੇ ਸਾਰੇ ਮੈਂ ਸਪਰੇ ਮਾਰ ਛੁੱਟ ਸਾਂਸ ਮਾਰ ਮਾਰ ਹਾਂ ਸਪਰੇ ਮਾਰ ਛੁੱਟ ਸਾਂਸ ਅੱਛਾ ਵੀ ਵਾ ਟਾਈਮ ਤਕਰੀਬਨ ਅੱਪੜ ਗਿਆ 5 ਤੇ ਹੁਣ ਮੋੜ ਵੇਖ ਸਕਦੇ ਹੋ ਬੇੜ ਬੱਕਰੀਆਂ ਚਰਨ ਵਾਸਤੇ ਮੋੜ ਆ ਚੁੱਕੇ ਹਾਂ ਅੱਗੇ ਧੁੱਪ ਛੋਪ ਆਈ ਹੈ ਵਾਗ ਗਿਆ ਰੈਸਟ ਕਰਨ ਅਸੀਂ ਇਹ ਤੋਂ ਛਾਂਗ ਮੰਗ ਕੇ ਦਿਖ ਲੈਂ ਪਿੱਛੋਂ ਡੰਡੀ ਵਗੈਰਾ ਕਰ ਦਿਖ ਲੈਣ ਆ ਚੈੱਕ ਕਰੋ ਅਤੇ ਇੱਥਾਂ ਹੀ ਇਸ ਵੀਡੀਓ ਦਾ ਐਂਡ ਕਰਨ ਆ ਉਵੇਂ ਤਾਂ ਤੁਹਾਨੂੰ ਵੀਡੀਓ ਅੱਛੀ ਲੱਗੀ ਹੋ ਸੀ ਅਗਰ ਵੀਡੀਓ ਅੱਛੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਬਾਅਦ ਮਿਲਦੇ ਹਾਂ ਨਵੇਂ ਵੀਡੀਓ ਤੱਕ ਕੇ ਲੀਏ ਅੱਲਾ ਹਾਫਿਜ਼।